ਸਤਿ ਸ਼੍ਰੀ ਅਕਾਲ ਸਤਰੀਕਾਲ ਮੈਂ ਤੁਹਾਡਾ ਆਪਣੇ ਆਉਣ ਤੇ ਬਹੁਤ ਬਹੁਤ ਮੋਟਾ ਵੈਲਕਮ ਕਰਦਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਜਰੇਵਾਲ ਐਗਰੋ ਫਾਰਮਿੰਗ ਤੇ ਸਵਾਗਤ ਹੈ ਜੀ ਸਭ ਦਾ ਅੱਜ ਆਪਾਂ ਪਹੁੰਚੇ ਆਂ ਬਾਈ ਸੁਖਵੀਰ ਢੰਡਾ ਜੀ ਕੋਲੇ ਪਿੰਡ ਲਤਾਣੀ ਜ਼ਿਲ੍ਹਾ ਹਸਾਰ ਹਰਿਆਣਾ ਬਾਈ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਧੰਨਵਾਦ ਬਾਈ ਦਾ ਮੌਕਾ ਦਿੱਤਾ ਬਾਈ ਨੇ ਵੀਡੀਓ ਬਣਾਉਣ ਤੇ ਲਓ ਅੱਜ ਆਪਾਂ ਇੱਕ ਚੋਟੀ ਦਿਖਾ ਰਹੇ ਹਾਂ ਦੂਜੇ ਸੂਏ ਸੋਈ ਆ ਤੇ ਚੋਟੀ ਦੀ ਹਾਈਟ ਤੇ ਲੰਬਾਈ ਬਹੁਤ ਜ਼ਿਆਦਾ ਤੇ ਇਹਦੇ ਸਿੰਘ ਦੇਖੋ ਪੂਰਾ ਐਨਕੁੰਡਾ ਕਮਹਾਵਦਾਰ ਸਿੰਘ ਤੇ ਡਾਟ ਵਾਲਾ ਸਿੰਘ ਜਿਹਨੂੰ ਕਹਿੰਦੇ ਆ ਵੀ ਮੁਰਾ ਦੀ ਪਛਾਣ ਇੱਕ ਇਹ ਵੀ ਹੁੰਦੀ ਆ ਕਿ ਉਹਦੇ ਸਿੰਘ ਦੇ ਵਿੱਚ ਡਾਟ ਹੋਣ ਬਹੁਤ ਬਰੀਕ ਮੂੰਹ ਮੱਥੇ ਦੀ ਮੋਟੀ ਅੱਖ ਤੇ ਉਚਾਈ ਵੀ ਇਹਦੀ ਬਹੁਤ ਜ਼ਿਆਦਾ ਤਕਰੀਬਨ 4.5 ਫੁੱਟ ਦੇ ਗੇੜ ਦੀ ਉਚਾਈ ਆ ਤੇ ਥਾਣ ਬਹੁਤ ਦੂਰ ਦੂਰ ਕੱਲਾ ਕੱਲਾ ਫਲੀਆਂ ਵਰਗੇ ਥਾਣਾ ਆਪਣੇ ਪੰਜਾਬ ਚ ਕਹਿ ਦਿੰਦੇ ਆ ਤੇ ਦੇਖੋ ਇਹਦੇ ਪਿੱਛੇ ਕੱਟਾ ਤਿੰਨ ਚਾਰ ਦਿਨਾਂ ਦੀ ਸੂਈ ਹੋਈ ਆ ਇਹ ਬੱਚੇ ਦਾ ਨਾਲੂਆ ਵੀ ਨਾਲ ਆ ਦਰਗੇਸ਼ ਨੇ ਫੜਿਆ ਹੋਇਆ ਤੇ ਜਦੋਂ ਬੱਚੇ ਦਾ ਦੇਖੋ ਸਕੂਲ ਦੇ ਵਿੱਚ ਬਹੁਤ ਅੱਛੇ ਚ ਪੜ ਰਿਹਾ ਹੋਸਟਲ ਦੇ ਵਿੱਚ ਆ ਪਰ ਫੇਰ ਵੀ ਜਦੋਂ ਛੁੱਟੀ ਆਉਂਦਾ ਤਾਂ ਪਸ਼ੂ ਪ੍ਰੇਮ ਇਹਦਾ ਦਿਸਦਾ ਰਹਿੰਦਾ ਆਪਾਂ ਨੂੰ ਵੀਡੀਓਜ਼ ਦੇ ਵਿੱਚ ਤੇ ਜਿਹੜੀ ਝੋਟੀ ਦੀ ਗੱਲ ਇਹ ਖਾਲੀ ਹੋ ਗਈ ਫੀਸ ਤੋਂ 12 ਕਿਲੋ ਦੁੱਧ ਤੋਂ ਇਹਨੇ ਦੁੱਧ ਸਟਾਰਟ ਕਰਿਆ ਖਾਲੀ ਹੋਣ ਤੋਂ ਬਾਅਦ 6 6 6.5 ਕਿਲੋ ਤਕਰੀਬਨ ਐਵੇਂ ਡੰਗ ਦਾ ਦੁੱਧ ਦਿੱਤਾ ਤੇ ਜਿਹੜੀ ਆਰਡਰ ਕੁਆਲਿਟੀ ਆ ਬਹੁਤ ਫਾਈਨ ਸਟੇਟਸ ਜਾਂ ਹੋਰ ਚੈੱਕ ਕਰਨੀ ਬਣਦਾ ਹੈ ਕਿਉਂਕਿ ਕੰਪੈਕਟ ਜਿਆ ਬਹੁਤ ਠੋਸ ਜਾਂ ਟਾਈਟ ਆਰਡਰ ਦੀ ਹੈਗੀ ਆ ਝੋਟੀ ਥਣਾ ਦਾ ਗੈਬ ਤੇ ਥਣਾ ਦਾ ਸਾਈਜ਼ ਸੇਮ ਲੇਵੇ ਲੂਵੇ ਤੇ ਨਾੜਾਂ ਵੀ ਇਹਦੇ ਬਹੁਤ ਚੰਗੀਆਂ ਤੇ ਇਹਦਾ ਆਪਾ ਸਮਾ ਵੀ ਬਹੁਤ ਜ਼ਿਆਦਾ ਹੈਗਾ ਬਹੁਤ ਮੋਟੀ ਤੇ ਪੋਲੀ ਧਾਰਾ ਚਾਹੀਏ ਬੱਚੇ ਵੀ ਚੋਲਣ ਸੁਭਾਅ ਦੀ ਸ਼ਾਂਤ ਬਹੁਤ ਆ ਕੋਈ ਖਿੱਚਤ ਨਹੀਂ ਕਰਦੀ ਕੋਈ ਬੱਚੇ ਵਾਲੀ ਖਿੱਚਦੀ ਜਾਂ ਇੱਧਰ ਉੱਧਰ ਕਈ ਵਾਰੀ ਪਸ਼ੂ ਬੇਚੈਨ ਹੋ ਜਾਂਦਾ ਨਵੇਂ ਥਾਂ ਤੇ ਇਹਦੀ ਤਾਂ ਬਾਈ ਨੇ ਕਟਿੰਗ ਵੀ ਕਰੀ ਨਹੀਂ ਹੈ ਕੋਈ ਮੇਕਅਪ ਨਹੀਂ ਕਰਿਆ ਜਿਵੇਂ ਹੈ ਉਹ ਓਵੇਂ ਹੀ ਆ ਤੇ ਬਹੁਤ ਚੰਗੀ ਝੋਟੀਆਂ ਬਾਈ ਨੂੰ ਇਹਦੇ ਤੋਂ ਬਹੁਤ ਉਮੀਦਾਂ ਨੇ 18-20 ਕਿਲੋ ਦੁੱਧ ਤੱਕ ਦੀ ਬਾਈ ਨੇ ਆਸ ਕਰੀ ਹੋਈ ਹੈ ਇਹਦੇ ਤੋਂ ਵੀ ਇੰਨਾ ਦੋ ਤੇ ਜੇ ਤਾਂ ਵਿਕ ਜਾਂਦੀ ਆ ਤਾਂ ਵੀ ਠੀਕ ਆ ਜੇ ਨਹੀਂ ਵੀਕਦੀ ਕੁਛ ਦਿਨ ਰੁਕ ਗਈ ਤਾਂ ਬਾਈ ਦੁੱਧ ਟੰਡੇ ਵੀ ਲਾ ਕੇ ਦਿਖਾ ਦਊਗਾ 18-20 ਕਿਲੋ ਦੁੱਧ ਕਿਉਂਕਿ 12 ਕਿਲੋ ਤੋਂ ਬਹੁਤ ਚੰਗੇ ਦੁੱਧ ਤੋਂ ਉੱਠੀ ਆ ਤਾਂ ਉਹਨੇ ਆਪਦਾ ਦੇਖੋ ਇੱਕ ਪ੍ਰਦਰਸ਼ਨ ਤਾਂ ਕਰਨਾ ਹੀ ਆ ਹਨਾ ਤੇ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਜਿਹੜੇ ਭਰਾ ਦੇ ਸਮਝ ਆਉਂਦੀ ਆ ਬਾਈ ਨੂੰ ਫੋਨ ਕਰਿਓ ਨੰਬਰ ਬਾਈ ਦਾ ਦਿੱਤਾ ਹੀ ਹੋਇਆ ਸਾਰੀ ਦੁਨੀਆ ਹੀ ਜਾਣਦੀ ਆ ਬਾਈ ਤੁਮ ਕਿਹੜਾ ਕੋਈ ਭੁੱਲਿਆ ਜਿਹੜੇ ਪਸ਼ੂ ਨਹੀਂ ਰੱਖਦੇ ਉਹ ਵੀ ਬਾਈ ਤੁਮ ਜਾਣਦੇ ਆ ਤੇ ਨੰਬਰ ਫੇਰ ਵੀ ਆਪਾਂ ਨੇ ਦੇ ਰੱਖਿਆ ਵਿੱਚ ਜਿਹਨੂੰ ਪਸੰਦ ਆਉਂਦੀ ਆ ਆਪਦਾ ਭਰਾਵੋ ਫੋਨ ਕਰਿਓ ਬਾਈ ਨਾਲ ਗੱਲ ਕਰਿਓ ਤੇ ਜਿਹੜੀ ਰੇਟ ਵਾਲੀ ਗੱਲ ਆ ਉਹ ਫੋਨ ਤੇ ਹੀ ਹੋਊਗੀ ਬਾਕੀ ਠੀਕ ਆ ਬਾਈ ਦੱਸਿਓ ਕਿਵੇਂ ਲੱਗੀ ਵੀਡੀਓ ਧੰਨਵਾਦ ਜੀ